ਸਬਸਕ੍ਰਾਈਬ ਕਰੋ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਅਤੇ ਨਾਲ ਹੀ ਬੈੱਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ। ਲੋਕਾਂ ਦੀ ਭਰਪੂਰ ਮੰਗ ਤੇ ਪੇਸ਼ ਕਰਨ ਜਾ ਰਿਹਾ ਜੀ ਕੈਰੀ ਔਨ ਜੱਟਾ 2। ਬਾਤ ਕਹਿਮ ਸਾਡਾ ਨੇਚਰੀ ਹੈ ਹਾਈ ਜੀ, ਜਿੰਨੇ ਵੀ ਸਟਾਰ ਸਾਰੇ ਕਹਿੰਦੇ ਬਾਈ ਬਾਈ ਜੀ। ਨਿਊਜ਼ਲਾਈਨ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਇਹਨਾਂ ਦਿਨਾਂ ਵਿੱਚ ਕੈਰੀ ਔਨ ਜੱਟਾ 2 ਸਿਨੇਮਾ ਘਰਾਂ ਵਿੱਚ ਪੂਰੀ ਧੂਮ ਮਚਾ ਰਹੀ ਹੈ। ਹਰ ਕੋਈ ਮੂਵੀ ਨੂੰ 5 ਸਟਾਰ ਦੇ ਰਿਹਾ ਹੈ, ਕਈ ਲੋਕ ਤਾਂ 2-2 ਵਾਰ ਫਿਲਮ ਨੂੰ ਦੇਖ ਰਹੇ ਹਨ। ਇਹ ਗੱਲ ਨੂੰ ਸੁਣ ਕੇ ਹੈਰਾਨ ਹੋ ਜਾਓ ਕਿ ਇਹ ਫਿਲਮ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਹ ਫਿਲਮ 1 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਦੇ ਸਾਰੇ ਸ਼ੋਅ ਹਾਊਸਫੁੱਲ ਜਾ ਰਹੇ ਹਨ। ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਬੀਨੂ ਢਿੱਲੋਂ ਨੇ ਵੱਖ ਵੱਖ ਕਿਰਦਾਰਾਂ ਰਾਹੀਂ ਲੋਕਾਂ ਦੇ ਹਾਸਿਆਂ ਨਾਲ ਢਿੱਡੀ ਪੀੜਾਂ ਪਾਈਆਂ ਹੋਈਆਂ ਹਨ। ਇਸ ਫਿਲਮ ਨੇ ਰਿਲੀਜ਼ਿੰਗ ਦੇ ਪਹਿਲੇ ਦਿਨ 3.6 ਕਰੋੜ ਰੁਪਏ ਕਮਾ ਲਏ ਸਨ। ਦੂਸਰੇ ਹਫ਼ਤੇ ਇਸ ਫਿਲਮ ਨੇ 20 ਕਰੋੜ ਤੋਂ ਵੀ ਜ਼ਿਆਦਾ ਕਮਾਈ ਕੀਤੀ। ਹੁਣ ਵੀ ਇਹ ਫਿਲਮ ਹਾਊਸਫੁੱਲ ਜਾ ਰਹੀ ਹੈ। ਹੁਣ ਤੱਕ ਇਸ ਦੀ ਕਮਾਈ 25 ਕਰੋੜ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ। ਤੁਸੀਂ ਵੀ ਇਸ ਫਿਲਮ ਨੂੰ ਦੇਖਿਆ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਫਿਲਮ ਕਿਵੇਂ ਦੀ ਲੱਗੀ ਅਤੇ ਇਸ ਫਿਲਮ ਵਿੱਚ ਤੁਹਾਡਾ ਸਭ ਤੋਂ ਵੱਧ ਪਸੰਦੀਦਾ ਕਿਰਦਾਰ ਕਿਹੜਾ ਹੈ। ਜਸ ਯਾਰ, ਮਿਹਨਤ ਵਾਲੀ ਗੱਲ ਹੈ, ਰਹਿਣ ਦੇ ਯਾਰ, ਮੈਂ ਤੈਨੂੰ ਕੋਈ ਹੋਰ NRI ਕੁੜੀ ਲੱਭ ਦੂੰ। ਤੂੰ ਹੌਲੀ ਬੋਲ, ਕਿਸੇ ਨੇ ਦੇਖ ਲਿਆ ਪੰਗਾ ਪੈ ਜੂ। ਬਸ ਮੇਰੇ ਵਾਂਗੂ ਮੱਝ ਦੀ ਆਵਾਜ਼ ਕੱਢ। ਕਿਸੇ ਵੀ ਹਾਲਾਤ ਦੇ ਵਿੱਚ ਮੀਤ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਢਿੱਲੋਂ ਸਭ ਤੇਰੇ ਡੈਡੀ ਆ, ਤੇ ਢਿੱਲੋਂ ਸਭ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਮੀਤ ਮੇਰੀ ਘਰ ਵਾਲੀ ਆ। ਖੜ ਜਾ, ਮੀਤ ਮੇਰੇ ਡੈਡੀ ਆ ਤੇ ਢਿੱਲੋਂ ਸਭ ਕਿਹਦੇ ਘਰ ਵਾਲੀ ਆ। ਇਸ ਖਬਰ ਵਿੱਚ ਇੰਨਾ ਹੀ। ਹੋਰ ਤਾਜ਼ਾ ਤਰੀਨ ਖਬਰਾਂ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਤੁਹਾਡਾ ਇਹ ਦਿਨ ਸ਼ੁਭ ਰਹੇ। ਧੰਨਵਾਦ।